ਪਿਆਰੇ ਬੱਚਿਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਔਸਤ ਦਾ ਸਵਾਲ ਨੰਬਰ ਆਪਾਂ 16 ਕਰਨ ਲੱਗੇ, 88 ਨੰਬਰ ਸੈੱਟ ਦਾ। ਕਹਿੰਦਾ 50 ਸੰਖਿਆਵਾਂ ਦੀ ਔਸਤ 38 ਹੈ, ਜੇ ਇਹਨਾਂ ਵਿੱਚੋਂ ਦੋ ਸੰਖਿਆਵਾਂ 45 ਅਤੇ 55 ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਔਸਤ ਕੀ ਹੋਵੇਗੀ? ਤਾਂ ਬੇਟਾ 50 ਸੰਖਿਆਵਾਂ ਦੀ ਔਸਤ 38 ਹੈ, ਤਾਂ 50 ਸੰਖਿਆਵਾਂ ਦਾ ਜੋੜ ਕਿੰਨਾ ਹੋ ਗਿਆ ਬੇਟਾ? 50 ਗੁਣਾ 38, ਠੀਕ ਹੈ। ਵਿੱਚੋਂ ਕਹਿੰਦਾ ਦੋ ਸੰਖਿਆਵਾਂ ਜਿਹੜੀਆਂ ਛੱਡ ਦਿੱਤੀਆਂ ਜਾਣ, 45 ਅਤੇ 55। 45 ਅਤੇ 55 ਬੇਟਾ ਕਿੰਨੇ ਹੁੰਦੇ ਆ? 100 ਮਾਈਨਸ 100 ਹੋ ਗਿਆ 45 ਅਤੇ 55, ਅਤੇ ਬਟਾ ਕੀ ਆਊਗਾ ਬੇਟਾ? ਬਟਾ, ਕਿਉਂਕਿ 50 ਸੰਖਿਆਵਾਂ ਦੀ ਸੀ, ਹੁਣ 48 ਰਹਿ ਗਈਆਂ, ਠੀਕ ਹੈ, ਬਟਾ 48। ਤਾਂ 50 ਗੁਣਾ 38 1900 ਮਾਈਨਸ 100 1800 ਰਹਿ ਗਿਆ ਬੇਟਾ। 50 ਮਾਈਨਸ 38 ਕਿੰਨਾ ਆ ਗਿਆ? 1900। 1900 ਮਾਈਨਸ 100 ਬਟਾ 48, ਠੀਕ ਹੈ ਬੇਟਾ। ਤਾਂ ਇਹ ਕਿੰਨਾ ਆ ਗਿਆ? 1800 ਬਟਾ 48 ਬੇਟਾ। ਇਹ 4 'ਤੇ 4 ਏਕਮ 4, 4 ਦੂਣੀ 8, 4 ਚੌਕੇ 16, 2 4 5 20, 450, ਠੀਕ ਹੈ ਬੇਟਾ। ਤਾਂ ਇਦੂ ਬਾਅਦ ਦੇ ਵਿੱਚ ਕਿੰਨੇ 'ਤੇ ਜਾਊਗਾ? 12 'ਤੇ ਆ 36, ਅਤੇ ਫਿਰ 4 'ਤੇ ਬੇਟਾ 2 'ਤੇ 2 ਛਿਕੇ 12, 2 ਦੂਣੀ 4, 2 2 5 10 6। ਹੁਣ ਬੇਟਾ 3 'ਤੇ ਜਾਊਗਾ ਇਹ, 3 3 ਦੂਣੀ 6, 3 7 21, 3 5 15, 75 ਬਟਾ 2। ਇਹ ਕਿੰਨਾ ਆ ਗਿਆ? 75 ਬਟਾ 2 ਦਾ ਮਤਲਬ 37.5 ਔਸਤ ਆ ਗਈ ਨਵੀਂ। ਤਾਂ ਬੇਟਾ ਆਪਾਂ ਦੇਖਦੇ ਹਾਂ, C1 ਨੂੰ 37.5 ਦਿੰਦਾ ਪਿਆ ਬੇਟਾ, ਇਹਨੂੰ ਅਸੀਂ C1 ਨੂੰ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ ਸਵਾਲ ਨੰਬਰ 17। ਤਾਂ ਸਵਾਲ ਨੰਬਰ 17 ਦੇ ਵਿੱਚ ਕੀ ਕਹਿੰਦਾ ਪਿਆ? ਕਹਿੰਦਾ ਆ ਇੱਕ ਰਕਮ ਦਿੱਤੀ ਹੋਈ ਹੈ, 1 ਦੀ 2 ਜਮ੍ਹਾਂ 2 ਦੀ 2 ਜਮ੍ਹਾਂ 3 ਦੀ 2 4, ਸਾਰਿਆਂ ਦਾ ਔਸਤ ਪਤਾ ਕਰੋ। ਹਾਂ ਬੇਟਾ, ਤਾਂ 1 ਦੀ 2 ਮਤਲਬ 1 ਗੁਣਾ 1 1 ਹੀ ਆ ਗਿਆ, 2 ਦੀ 2 4, 3 ਦੀ 2 3 ਗੁਣਾ 3 9, ਜਮ੍ਹਾਂ 16, ਜਮ੍ਹਾਂ 25, ਜਮ੍ਹਾਂ 36, ਜਮ੍ਹਾਂ 49, ਠੀਕ ਹੈ ਬੇਟਾ। ਹਾਂ ਬੇਟਾ, ਤਾਂ ਸਾਰੇ ਦਾ ਬਟਾ ਕਿੰਨਾ? 1 2 3 4 5 6 7 ਹੈ ਨਾ ਇਹ, ਤਾਂ ਬੇਟਾ ਬਟਾ 7। ਜਦੋਂ ਇਹਨਾਂ ਸਾਰਿਆਂ ਦਾ ਜੋੜ ਕਰਾਂਗੇ ਤਾਂ 140 ਆ ਜਾਊਗਾ ਬੇਟਾ, ਬਟਾ 7 ਆ ਜਾਊਗਾ, ਠੀਕ ਹੈ। ਤਾਂ ਇਹਦਾ ਵੀ ਭਾਵੇਂ ਸਿੱਧਾ, ਕਿਉਂਕਿ 7 ਅੰਕੜੇ ਆ, ਤਾਂ ਬਰਾਬਰ 104, 7 ਦੂਣੀ 14 20, ਤਾਂ ਔਸਤ ਕਿੰਨੀ ਆ ਗਈ? 20 ਉੱਤਰ ਆ ਗਿਆ ਬੇਟਾ ਸਾਡਾ ਔਸਤ ਆ ਜਿਹੜਾ। ਤਾਂ ਆਪਾਂ ਇੱਥੇ ਦੇਖਦੇ ਹਾਂ, B1 ਨੂੰ 20 ਦਿੰਦਾ ਪਿਆ, B1 ਨੂੰ ਐਜ਼ ਏ ਰਾਈਟ ਆਂਸਰ ਟਿਕ ਕਰ ਦੇਵਾਂਗੇ। ਅੱਗੇ ਆ ਗਿਆ ਬੇਟਾ 4 ਲਗਾਤਾਰ ਜਿਸਤ ਸੰਖਿਆਵਾਂ ਦੀ ਔਸਤ 27 ਹੈ, ਇਸ ਦੀ ਸਭ ਤੋਂ ਵੱਡੀ ਸੰਖਿਆ ਹੋਵੇਗੀ। ਲਗਾਤਾਰ ਜਿਸ ਸੰਖਿਆਵਾਂ ਦੇ ਵਿੱਚ ਬੇਟਾ 2 ਦਾ ਅੰਤਰ ਹੋਊਗਾ, ਠੀਕ ਹੈ, ਤਾਂ ਅਸੀਂ ਕੀ ਕਰਦੇ? ਮੰਨ ਲਓ ਜੇ ਪਹਿਲੀ ਜਿਸਤ ਸੰਖਿਆ ਐਕਸ, ਦੂਜੀ ਜਿਸਤ ਸੰਖਿਆ ਕਿੰਨੀ ਹੋਊਗੀ ਬੇਟਾ? ਐਕਸ ਜਮ੍ਹਾਂ 2। ਤੀਜੀ ਕਿੰਨੀ ਹੋਊਗੀ? ਐਕਸ ਜਮ੍ਹਾਂ 4। ਅਤੇ ਚੌਥੀ ਕਿਹੜੀ ਹੋਊਗੀ? ਐਕਸ ਜਮ੍ਹਾਂ 6। ਤਾਂ ਬੇਟਾ ਸਾਰੇ ਦਾ ਬਟਾ ਕਿੰਨਾ ਆਜੂਗਾ? 4 ਲਗਾਤਾਰ ਬਟਾ 4, ਤਾਂ ਕਿੰਨਾ ਬੇਟਾ ਇਹ? 27, ਠੀਕ ਹੈ ਬੇਟਾ। 4 ਨੇ ਇੱਧਰ ਜਾ ਕੇ ਗੁਣਾ ਖਾ ਜਾਣਾ, ਠੀਕ ਹੈ, ਬਟਾ 4 ਕਰਤਾ। ਇੱਥੇ ਵਿਚਾਲੇ ਆਪਾਂ ਜੋੜ ਦੀਆਂ ਨਿਸ਼ਾਨੀਆਂ ਪਾ ਦਿੰਦੇ ਕੌਮੇ ਦੀ ਜਗ੍ਹਾ 'ਤੇ,
ਠੀਕ ਹੈ, ਆਹ ਚਾਰਾਂ ਦਾ ਜੋੜ ਫਲ ਬਟਾ ਚਾਰ, ਚਾਰ ਨੇ ਇੱਧਰ ਜਾ ਕੇ ਗੁਣਾ ਖਾ ਜਾਣਾ, ਇਹ ਆ ਗਿਆ ਐਕਸ ਜਮ੍ਹਾਂ ਐਕਸ ਜਮ੍ਹਾਂ ਦੋ, ਆਹ 2x ਹੋ ਗਏ, ਆਹ 3x ਹੋ ਗਏ ਅਤੇ ਆਹ 4x ਹੋ ਗਏ, 2 ਜਮ੍ਹਾਂ 4 6 ਅਤੇ 6 12, 4x ਜਮ੍ਹਾਂ 12 ਬਰਾਬਰ 27 ਗੁਣਾ 4, ਠੀਕ ਹੈ, ਤਾਂ 4x ਬਰਾਬਰ 27 ਚੌਕਾ 25 ਚੌਕਾ 100, 27 ਚੌਕਾ 108, ਤਾਂ 4x ਜਮ੍ਹਾਂ 12 ਬਰਾਬਰ 108, 4x ਬਰਾਬਰ 108 ਘਟਾਓ 12, ਠੀਕ ਹੈ, ਤਾਂ ਇਹ ਰਹਿ ਗਏ 4x ਬਰਾਬਰ 96, ਠੀਕ ਹੈ, ਤਾਂ x ਬਰਾਬਰ 4 ਨੇ 96 ਨਾਲ ਕੱਟੇ ਜਾਣਾ, 4 × 2 = 8, 4 × 4 = 16, x ਬਰਾਬਰ 24 ਆ ਗਿਆ, ਤਾਂ x 24 ਆ ਗਿਆ ਬੇਟਾ, ਪਹਿਲੀ ਸੰਖਿਆ 24 ਆ ਗਈ, ਦੂਜੀ 26, ਤੀਜੀ 30 ਅਤੇ ਚੌਥੀ ਸਭ ਤੋਂ ਵੱਡੀ ਕਿਹੜੀ ਸੀ, ਐਕਸ ਜਮ੍ਹਾਂ 6 24 ਜਮ੍ਹਾਂ 6 30 ਆ ਗਈ, ਠੀਕ ਹੈ ਬੇਟਾ, ਤਾਂ ਆਪਾਂ ਆਲਟਰਨੇਟਿਵ ਆਂਸਰ ਦੇਖਦੇ ਹਾਂ, C1 ਹੈ ਜਿਹੜਾ 30 ਦਿੰਦਾ ਪਿਆ, C1 ਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ, ਠੀਕ ਹੈ ਬੇਟਾ, ਤਾਂ ਅੱਗੇ ਆ ਗਿਆ ਬੇਟਾ ਸਵਾਲ ਨੰਬਰ 9, 3 ਦੇ ਪਹਿਲੇ 5 ਗੁਣਜਾਂ ਦੀ ਔਸਤ ਹੋਵੇਗੀ, 3 ਦੇ ਪਹਿਲੇ 5 ਗੁਣਜਾਂ ਦੀ ਔਸਤ, ਬੇਟਾ ਇਹ ਬੇਟਾ ਇੱਕ ਹੋਰ ਸੌਖਾ ਢੰਗ, ਇੱਕ ਬੇਟਾ ਤੁਹਾਨੂੰ ਪਹਿਲਾਂ ਸ਼ੁਰੂ 'ਚ ਫਾਰਮੂਲਾ ਦੱਸਿਆ ਸੀਗਾ ਵੀ ਐਕਸ ਦੇ ਐਨ ਗੁਣਜਾਂ ਦਾ ਜੋੜ ਬਰਾਬਰ ਹੈ, ਐਕਸ ਦੇ ਐਨ ਗੁਣਜਾਂ ਦਾ ਜੋੜ ਬਰਾਬਰ ਹੈ ਐਕਸ ਐਨ ਇੰਟੂ ਐਨ ਪਲੱਸ 1 ਸਾਰੇ ਦਾ ਬਟਾ 2, ਐਕਸ ਦੇ ਐਨ ਗੁਣਜਾਂ ਦਾ ਕੀ ਕਹਿੰਦਾ, 3 ਦੇ 5 ਗੁਣਜਾਂ ਦਾ, ਠੀਕ ਹੈ, ਤਾਂ ਐਕਸ ਕੀ ਹੈ ਇੱਥੇ ਬੇਟਾ 3, ਠੀਕ ਹੈ, 3 ਦੇ 5 ਗੁਣਜਾਂ ਦਾ ਜੋੜ ਬਰਾਬਰ ਹੈ ਐਕਸ ਐਨ, 3 ਗੁਣਾ 5 ਗੁਣਾ 5 ਜਮ੍ਹਾਂ 1 ਸਾਰੇ ਦਾ ਬਟਾ 2, ਠੀਕ ਹੈ, ਤਾਂ ਇਹ ਬਣ ਗਿਆ ਬੇਟਾ 3 5 15 ਅਤੇ 2 3 6, ਇਹ ਬਣ ਗਿਆ 15 ਗੁਣਾ 6 ਬਟਾ 2, ਤਾਂ 15 3 45 ਆ ਗਏ ਬੇਟਾ, ਠੀਕ ਹੈ, ਐਕਸ ਦੇ ਐਨ ਗੁਣਜਾਂ ਦਾ ਜੋੜ ਕਿੰਨਾ ਆ ਗਿਆ 45, ਤਾਂ ਕਹਿੰਦਾ ਔਸਤ ਹੋਵੇਗੀ, ਤਾਂ ਔਸਤ ਬਰਾਬਰ ਹੈ, ਪਹਿਲੇ 5 ਗੁਣਜ ਲਏ ਆ ਨਾ ਆਪਾਂ, ਤਾਂ 45 ਬਟਾ 5 ਪੰਜੂ 9 45, ਤਾਂ ਔਸਤ ਕਿੰਨੀ ਆ ਗਈ 9 ਆ ਗਈ ਬੇਟਾ, ਠੀਕ ਹੈ, ਆਪਾਂ ਆਲਟਰਨੇਟਿਵ ਆਂਸਰ ਦੇਖਦੇ ਹਾਂ ਬੇਟਾ, ਤਾਂ C1 ਜਿਹੜਾ ਐਜ਼ ਏ ਰਾਈਟ ਆਂਸਰ ਦੇਵਾਂਗੇ, 9 ਔਸਤ ਆਉਂਦੀ ਪਈ ਹੈ, ਠੀਕ ਹੈ ਬੇਟਾ, ਅੱਗੇ ਆ ਗਿਆ ਕਹਿੰਦਾ 11 23 ਅਤੇ ਐਕਸ ਦੀ ਔਸਤ 40 ਹੈ, ਐਕਸ ਦਾ ਮਾਨ ਪਤਾ ਕਰੋ, 11 23 ਅਤੇ ਐਕਸ ਦੀ ਔਸਤ 40 ਹੈ, ਠੀਕ ਹੈ, 11 ਜਮ੍ਹਾਂ 23 ਜਮ੍ਹਾਂ ਐਕਸ ਬਟਾ 3 ਕਰਾਂਗੇ ਬਰਾਬਰ 40, ਠੀਕ ਹੈ, ਤਾਂ 3 ਨੇ ਇੱਧਰ ਜਾ ਕੇ ਗੁਣਾ ਖਾ ਜਾਣਾ, 11 ਅਤੇ 23 ਕਿੰਨੇ ਹੋ ਗਏ ਬੇਟਾ 34 ਜਮ੍ਹਾਂ ਐਕਸ ਬਰਾਬਰ 40 ਗੁਣਾ 3 40 40 ਤਿਆਂ 120 ਹੋ ਗਏ ਬੇਟਾ, ਤਾਂ ਐਕਸ ਬਰਾਬਰ 34 ਜਮ੍ਹਾਂ ਦੇ ਉੱਧਰ ਘਟਾਓ ਦੇ 40 ਤਿਆਂ 120 ਘਟਾਓ 34, ਠੀਕ ਹੈ ਬੇਟਾ, ਤਾਂ ਐਕਸ ਬਰਾਬਰ ਆ ਜਾਣਾ ਆ 86, ਤਾਂ ਅਸੀਂ ਆਲਟਰਨੇਟਿਵ ਆਂਸਰ ਦੇਖਦੇ ਹਾਂ ਕਿੰਨਾ ਆਉਂਦਾ ਪਿਆ, C1 ਹੈ ਜਿਹੜਾ ਬੇਟਾ 86 ਉੱਤਰ ਦਿੰਦਾ ਪਿਆ, C1 ਨੂੰ ਐਜ਼ ਏ ਰਾਈਟ ਆਂਸਰ ਅਸੀਂ
ਟਿਕ ਕਰ ਦੇਵਾਂਗੇ। ਠੀਕ ਹੈ ਬੇਟਾ, ਇਹ ਸੀਗਾ ਇਹਦਾ ਸਵਾਲ ਨੰਬਰ 20। ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਦੇਖਦੇ ਹਾਂ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।